ਸੋ ਵੈਲਕਮ ਬੈਕ ਗਾਇਸ, ਕੀ ਹਾਲ ਚਾਲ, ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ। ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਦੀਪ ਸਿੱਧੂ ਵੀਰੇ ਬਾਰੇ, ਹੈ ਨਾ, ਅਤੇ ਚੰਨੀ ਰੱਤਾਂ ਵੀਰਾ ਆਪਣਾ ਬਹੁਤ ਸੋਹਣਾ ਲਿਖਾਰੀ, ਬਹੁਤ ਸੋਹਣੇ ਗੀਤ ਲਿਖਦੇ ਨੇ, ਬਹੁਤ ਸੋਹਣੇ ਤਰੀਕੇ ਨਾਲ ਲਿਖਦੇ ਨੇ, ਅਤੇ ਉਹਨਾਂ ਨੂੰ ਆਪਣੇ ਸਿੱਖਾਂ ਪ੍ਰਤੀ ਕਾਫੀ ਦਰਦ ਆ ਉਹਨਾਂ ਦੇ ਅੰਦਰ, ਕਿਉਂਕਿ ਉਹ ਕਾਫੀ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਖਾੜਕੂ ਰਹੇ ਨੇ 1984 ਦੇ ਟਾਈਮ 'ਤੇ। ਅਤੇ ਉਹਨਾਂ ਨੇ ਇੱਕ ਟ੍ਰਿਬਿਊਟ ਦਿੱਤਾ ਸਿੱਧੂ ਦੀਪ ਸਿੱਧੂ ਵੀਰੇ ਨੂੰ। ਗਾਣੇ ਦਾ ਨਾਮ ਹੈ ਹੀਰਾ, ਇੰਦਰਪਾਲ ਮੋਗਾ ਜੀ ਨੇ ਗਾਇਆ, ਚੰਨੀ ਨੱਤਾ ਵੀਰੇ ਨੇ ਲਿਖਿਆ ਅਤੇ ਮੈਡ ਮਿਕਸ ਬਾਈ ਨੇ ਮਿਊਜ਼ਿਕ ਕੀਤਾ ਹੈ। ਅਤੇ ਹਾਂਜੀ, ਬਾਕੀ ਆ ਜਾਓ ਦੇਖੀਏ ਕੀ ਚੀਜ਼ ਹੈ ਹੀਰਾ। ਮੈਂ ਇਸ ਗਾਣੇ ਨੂੰ ਐਕਚੁਅਲ ਇਸ ਕਰਕੇ ਰਿਐਕਟ ਕਰ ਰਿਹਾ ਕਿਉਂਕਿ ਮੈਨੂੰ ਚੰਨੀ ਨੱਤਾ ਵੀਰੇ 'ਤੇ ਭਰੋਸਾ ਹੈ ਕਿ ਵੀਰਾ ਬਹੁਤ ਸੋਹਣਾ ਲਿਖਦਾ, ਅਤੇ ਮੈਂ ਦੇਖਣਾ ਚਾਹੁੰਦਾ ਉਹਨਾਂ ਨੇ ਆਪਣਾ ਦਰਦ ਕਿਵੇਂ ਪ੍ਰਗਟਾਇਆ। ਬਾਈ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ, ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ। ਸਾਨੂੰ ਜਗਾ ਕੇ ਸੌਣ ਵਾਲਿਆ, ਸੁੱਤੀ ਕੌਮੇ ਠਾਉਣ ਵਾਲਿਆ, ਜਿਉਂਦੇ ਜੀਣਾ ਕਦਰ ਪਈ ਕਦੇ ਹੀਰਿਆਂ ਦੀ, ਮਰਦਾਂ ਨੂੰ ਤਾਂ ਕੱਢ ਤੇਰੇ ਜੈ ਵੀਰਿਆਂ ਦੀ। ਗੁਲਾਮੀ ਵੱਲ ਜੋ ਤੁਰੀਆਂ ਸੀ ਤੂੰ ਉਹ ਸੋਚਾਂ ਮੋੜੀਆਂ, ਸੂਰਮੇ ਉਮਰਾਂ ਲੈ ਕੇ ਆਉਂਦੇ ਥੋੜੀਆਂ। ਕਿਆ ਬਾਤ ਹੈ, ਬਹੁਤ ਹੀ ਨਿੱਘੀ ਆਵਾਜ਼ ਵਿੱਚ ਟ੍ਰਿਬਿਊਟ ਕੀਤਾ ਗਿਆ, ਬਹੁਤ ਸੌਫਟ ਗਾਇਆ, ਬਹੁਤ ਸੌਫਟ ਮਿਊਜ਼ਿਕ ਆ, ਲਿਖਿਆ ਬਹੁਤ ਸੋਹਣਾ ਹੈਗਾ ਅਤੇ ਸੱਚੀ ਗੱਲ ਆ, ਸੂਰਮੇ ਉਮਰਾਂ ਲੈ ਕੇ ਆਉਂਦੇ ਥੋੜੀ ਆ, ਅਤੇ ਸੱਚੀ ਗੱਲ ਬਿਲਕੁਲ ਇਹ ਹੈ ਕਿ ਸਾਡੀਆਂ ਜਿਹੜੀਆਂ ਕਾਫੀ ਹੱਦ ਤੱਕ ਦੋ ਚੁੱਪ ਹੋ ਗਏ ਸੀ ਸਿੱਖ, ਬੋਲਣ ਲਾਏ ਆ ਬਾਈ ਨੇ, ਬੋਲਣ ਲਾਏ। ਸੂਰਮੇ ਉਮਰਾਂ ਲੈ ਕੇ ਆਉਂਦੇ ਥੋੜੀਆਂ, ਸਾਡੀ ਕੌਮ ਨੂੰ ਖਤਰਾ ਏ, ਲਾਇਆ ਕਰ ਕਰ ਹੋ ਕਾਨੀ, ਲਾਲ ਕਿਲੇ ਤੇ ਝੰਡਾ ਗੱਡਣਾ ਕੇਸਰੀ ਕੰਮ ਵੀ ਸੌਖਾ ਨਹੀਂ। ਮੈਂ ਤੇ ਉਸ ਦਿਨ ਵੀ ਸਪੋਰਟ ਕੀਤੇ ਸੀ, ਮਤਲਬ ਮੈਂ ਕਹੂੰਗਾ ਮੈਨੂੰ ਕਾਫੀ ਹੱਦ ਤੱਕ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ। 1984 ਵਿੱਚ ਦਰਬਾਰ ਸਾਹਿਬ ਦੇ ਉੱਤੇ ਝੰਡਾ ਲਾ ਗਏ ਸੀ ਨਾ, ਇਹ ਦਿਖਾਇਆ ਸੀ ਨਾ ਅਸੀਂ ਜਿੱਤ ਲਿਆ, ਉਸ ਚੀਜ਼ ਦੀ ਭਾਜੀ ਮੋੜ ਗਿਆ ਯਾਰ ਬਾਈ ਸਾਡਾ, ਬੜਾ ਮਾਣ ਆ ਮੈਨੂੰ ਮੈਂ 1% ਵੀ ਨਹੀਂ ਮੰਨਦਾ ਜੋ ਜੋ ਆਪਣਾ 26 ਜਨਵਰੀ ਨੂੰ ਹੋਇਆ ਸੀ ਉਹ ਗਲਤ ਆ, ਠੀਕ ਆ, ਕਿਉਂਕਿ ਗਲਤ ਇਹ ਆ ਕਿ ਤਿਰੰਗੇ ਨੂੰ ਵੀ ਛੇੜਿਆ ਨਹੀਂ ਸੀਗਾ, ਠੀਕ ਆ, ਤਿਰੰਗਾ ਵੀ ਆਪਣੀ ਜਗ੍ਹਾ 'ਤੇ ਸੀਗਾ, ਬਸ ਉਹਦੇ ਨਾਲ ਝੰਡਾ ਲਾ ਦਿੱਤਾ ਗਿਆ ਸੀਗਾ, ਆਪਣਾ ਕੇਸਰੀ ਨਿਸ਼ਾਨ ਸਾਹਿਬ ਵੀ ਸੀਗੇ ਉੱਥੇ, ਉਸ ਤੋਂ ਬਾਅਦ ਕਿਸਾਨੀ ਝੰਡੇ ਵੀ ਹੈਗੇ ਸੀ ਉੱਥੇ, ਠੀਕ ਆ, ਇਹ ਦਿਖਾਇਆ ਗਿਆ ਸੀਗਾ ਕਿ ਇਹ ਝੰਡਾ ਕੋਈ ਜ਼ਿਆਦਾ ਉੱਚਾ ਨਹੀਂ ਗਾ, ਠੀਕ ਆ, ਅਤੇ ਪਲੀਜ਼ ਥੱਲੇ ਹੁਣ ਜੇ ਕੋਈ ਭਗਤ ਸੋ ਕਾਲਡ ਭਗਤ ਆ ਕੇ ਜਵਾਬ ਦੇਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਬੀਜੇਪੀ ਦੇ ਦਫ਼ਤਰ ਵਿੱਚ ਤੁਹਾਡਾ ਤਿਰੰਗਾ ਨਹੀਂ ਲਹਿਰਾਇਆ ਜਾਂਦਾ, ਠੀਕ ਆ, ਉਹ ਆਪਣਾ ਹੀ ਗੁਲਾਬ ਹੀ ਲਹਿਰਾਉਂਦੇ ਨੇ, ਸੋ ਬਕਵਾਸ ਨਾ ਹੀ ਕਰਿਓ ਕਮੈਂਟਾਂ 'ਚ ਤਾਂ ਵਧੀਆ, ਬਾਕੀ ਤੁਹਾਡਾ ਜੋ ਦਿਲ ਕਰਦਾ ਤੁਸੀਂ ਕਹਿ ਸਕਦੇ ਹੋ ਸਾਨੂੰ, ਠੀਕ ਆ, ਖਾਲਿਸਤਾਨੀ ਕਹਿ ਲਓ, ਖਾੜਕੂ ਕਹਿ ਲਓ, ਗਾਲਾਂ ਕੱਢ ਲਓ, ਕੋਈ ਚੱਕਰ ਨਹੀਂ ਹੈਗਾ, ਭਾਜੀ ਤਾਂ ਮੁੜਾਂਗੇ। ਗੱਲ ਗੱਲ ਉੱਤੇ ਪਾਣਾ ਮੰਨਿਆ ਆ ਕਾਲ ਦਾ, ਤੁਰਦਾ ਰਿਹਾ ਤੂੰ ਪਰ ਤੌਮਤਾ ਨੂੰ ਟਾਲਦਾ, ਆਪ ਬਣੇ ਲੀਡਰ ਤੈਨੂੰ ਕਹਿ ਕੇ ਗਦਾਰ, ਤੈਨੂੰ ਡੀਕੇ ਸੱਚੀ ਖੰਡ ਸੁਖਾ ਜਾਂਦਾ ਯਾਰ, ਸੁੱਖਾ ਜਾਂਦਾ, ਸਹੀ ਗੱਲ ਹੈ, ਸਹੀ ਗੱਲ ਹੈ, ਆਪ ਬਣੇ ਲੀਡਰ ਇਹਨੂੰ ਕਹਿ ਕੇ ਗੱਦਾਰ, ਰਾਜੇ ਵਾਲਾ ਵੀ ਆਰ ਐਸ ਐਸ ਦਾ ਬੰਦਾ ਹੈ, ਇਹ ਆ ਉਹ ਹੈ, ਕਿੰਨੀ ਬਕਵਾਸ ਕਰੀ ਸਟੇਜ 'ਤੇ ਖੜ ਕੇ, ਇੱਕ ਉਹ ਕਾਂਜਿਆ ਵੀ ਹੈਗਾ ਸੀਗਾ ਉਹ ਵੀ ਬਹੁਤ ਬੋਲਦਾ ਸੀ। ਸਰਕਾਰਾਂ ਨੂੰ ਰਹੀਆਂ ਚੁੱਭਦੀਆਂ ਤੇਰੀਆਂ ਗੱਲਾਂ ਕੌੜੀਆਂ, ਸੂਰਮੇ ਉਮਰਾਂ ਲੈ ਕੇ ਆਉਂਦੇ ਥੋੜੀਆਂ, ਸੂਰਮੇ ਉਮਰਾਂ ਲੈ ਕੇ ਆਉਂਦੇ ਥੋੜੀਆਂ, ਕਹਿੰਦੇ
ਕਿਸੇ ਸਟੇਜਾਂ ਤੇ ਨਾ ਚਾੜੋ ਮੁੰਡਾ ਗੱਲਾਂ ਕਰੇ ਤੱਤੀਆਂ ਬਿਲਕੁਲ 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 ਛੱਡ ਲਾਈਫ ਸਟਾਰਾਂ ਵਾਲੀ ਰਾਤਾਂ ਜੇਲਾਂ ਵਿੱਚ ਕੱਟੀਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੈਸੇ ਦੀ ਉਹਨੂੰ ਕੋਈ ਕਮੀ ਨਹੀਂ ਸੀਗੀ ਉਹਦੇ ਕੋਲ ਪੋਰਸ਼ 911 ਖੜੀ ਹੈ ਇੰਡੀਆ ਵਿੱਚ ਪੋਰਸ਼ 911 ਨਹੀਂ ਕਿਸੇ ਚੋਣਵੇਂ ਲੋਕਾਂ ਕੋਲ ਹੋਊਗੀ ਅਤੇ ਬਹੁਤ ਸਾਰੇ ਲੋਕਾਂ ਦਾ ਪਤਾ ਹੀ ਨਹੀਂ ਹੋਊਗਾ ਅਤੇ ਜਿਨ੍ਹਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਪਤਾ ਹੈ ਕਿ ਉਹ ਗੱਡੀ ਲੈਣੀ ਕਿੰਨੀ ਕੁ ਔਖੀ ਆ ਠੀਕ ਆ ਯਾਰ ਉਹ ਬੰਦਾ ਕਰੋੜਪਤੀ ਸੀ ਉਹ ਆਪਣੇ ਇੱਕ ਕੇਸ ਦਾ 1 ਕਰੋੜ ਰੁਪਈਆ ਲੈਂਦਾ ਸੀਗਾ ਅਤੇ ਇਹ ਵਿਦ ਇਨਫੋਰਮੇਸ਼ਨ ਹੈਗਾ ਠੀਕ ਆ ਸੋ ਉਸ ਬੰਦੇ ਨੂੰ ਬਿਨਾਂ ਮਤਲਬ ਤੋਂ ਆ ਕੇ ਸੜਕਾਂ 'ਤੇ ਸੌਣ ਦੀ ਜਾਂ ਕੁਛ ਕਰਨ ਦੀ ਲੋੜ ਹੀ ਨਹੀਂ ਸੀਗੀ ਉਹ ਆਪਣਾ ਕੰਮ ਵਧੀਆ ਕਰ ਰਿਹਾ ਸੀਗਾ ਹੈ ਨਾ ਬਟ ਉਹਦੇ ਅੰਦਰ ਚਣਗ ਸੀਗੀ ਉਹ ਸਾਡੇ ਸਾਰੇ ਦੇ ਅੰਦਰ ਚਣਗ ਲਾ ਕੇ ਗਿਆ ਠੀਕ ਆ ਅਤੇ ਹੁਣ ਚਣਗ ਅਸੀਂ ਬਜਾਣੀ ਆ ਜਾਂ ਅਸੀਂ ਜਗਦੇ ਰੱਖਣੀ ਆ ਉਹ ਸਾਡੇ ਅੰਦਰ ਸਾਡੇ 'ਤੇ ਆ ਯਾਰ ਦੁਨੀਆ ਸੋ ਟੂ ਫੇਸਡ ਹੈ ਇੰਨੀ ਜ਼ਿਆਦਾ ਟੂ ਫੇਸਡ ਹੈ ਕਿ ਉਹਨੂੰ ਕਿੰਨਾ ਮਾੜਾ ਬੋਲਿਆ ਹੈਨਾ ਗੱਦਾਰ ਆਰ ਐਸ ਐਸ ਏਜੰਟ ਪਤਾ ਨਹੀਂ ਕੀ ਕੁਛ ਅਤੇ ਜਿੱਦਣ ਆ ਖਬਰ ਪਤਾ ਲੱਗੀ ਸਾਡਾ ਤਾਂ ਹੀਰਾ ਸੀਗਾ ਜੀ ਸਾਡਾ ਤਾਂ ਮਤਲਬ ਸਾਡਾ ਤਾਂ ਭਰਾ ਸੀ ਵੱਡਾ ਜੀ ਉਦੋਂ ਉਹਦੇ ਬਿਨਾਂ ਪੰਜਾਬ ਚੱਲ ਨਹੀਂ ਸਕਦਾ ਮਤਲਬ ਕਿਉਂ ਕਿਉਂ ਤੁਸੀਂ ਇੱਕੋ ਦਮ ਇੰਨਾ ਜ਼ਿਆਦਾ ਚੇਂਜ ਹੋ ਗਏ ਕਿਉਂ ਕਿਉਂਕਿ ਸਿਰਫ ਲੋਕਾਂ ਦਾ ਕੀ ਹੈ ਲੋਕਾਂ ਦਾ ਮੁਕਾਬਲਾ ਹੈ ਭੇਡਾਂ ਵਾਲਾ ਹਿਸਾਬ ਹੈ ਪਹਿਲੀ ਭੇਡ ਜਦੋਂ ਚੱਲ ਪਈ ਪਿੱਛੇ ਸਾਰੇ ਉਸੇ ਪਾਸੇ ਤੁਰ ਪੈਂਦੇ ਨੇ ਆਪਣਾ ਦਿਮਾਗ ਨਹੀਂ ਵਰਤਦੇ ਬਹੁਤ ਹੀ ਪਿਆਰਾ ਗੀਤ ਬਹੁਤ ਹੀ ਮਿੱਠਾ ਗੀਤ ਬਹੁਤ ਸੋਹਣਾ ਟ੍ਰਿਬਿਊਟ ਦੀਪ ਵੀਰੇ ਨੂੰ ਕੋਈ ਕਮੀ ਨਹੀਂ ਗੀਤ ਵਿੱਚ ਬਹੁਤ ਪਿਆਰਾ ਸੱਚੀ ਅਤੇ ਗੱਲਾਂ ਬਿਲਕੁਲ ਸੱਚੀਆਂ ਅਤੇ ਕੌੜੀਆਂ ਕਹੀਆਂ ਗਈਆਂ ਨੇ ਠੀਕ ਆ ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਭਲੇ ਵਾਲਸ 'ਤੇ ਮੰਨਦੇ ਹਾਂ ਨਾ ਕਿ ਇਹ ਪੰਜਾਬ ਦਾ ਭਲਾ ਕਰਦੇ ਨੇ ਕਰਨਗੇ ਜਾਂ ਐਕਚੁਅਲ 'ਚ ਉਹ ਆਰ ਐਸ ਐਸ ਏਜੰਟ ਨੇ 30-30 ਸਾਲਾਂ ਤੋਂ ਠੀਕ ਆ ਥੱਲੇ ਆਪਣਾ ਦਿਮਾਗ ਨਾ ਵਰਤਿਓ ਬਹੁਤਾ ਮੈਂ ਬਸ ਇਹੀ ਗੱਲ ਕਹਿਣਾ ਚਾਹੂੰਗਾ ਮੈਂ ਕਿ ਦੀਪ ਬਿਰਾ ਹੁਣ ਚਲਾ ਗਿਆ ਠੀਕ ਆ ਪਰ ਦੀਪ ਬਿਰਾ ਸਾਡੇ ਦਿਲਾਂ 'ਚ ਹਮੇਸ਼ਾ ਰਹੂੰਗਾ ਮੇਰੇ ਦੋ ਲੋਕਾਂ ਦਾ ਮੈਨੂੰ ਪਤਾ ਨਹੀਂ ਮੇਰੇ ਦਿਲ 'ਚ ਹਮੇਸ਼ਾ ਰਹੂੰਗਾ ਠੀਕ ਆ ਜਿਵੇਂ ਹੁਣ ਯਾਰ ਮੈਂ ਕਾਫੀ ਹੱਦ ਤੱਕ ਬਜ਼ੁਰਗਾਂ 'ਚ ਬੈਠਾ ਮੈਂ ਕਾਫੀ ਹੱਦ ਤੱਕ ਗੱਲਾਂ ਸੁਣਦਾ ਮੈਂ ਜੰਮਿਆ ਪੜਿਆ ਮੈਂ ਸ਼ਹਿਰ 'ਚ ਹਾਂ ਠੀਕ ਆ ਮੋਹਾਲੀ ਸ਼ਹਿਰ 'ਚ ਜੰਮਿਆ ਪੜਿਆ ਮੈਂ ਪਰ ਮੈਨੂੰ ਕਾਫੀ ਹੱਦ ਤੱਕ ਨੌਲੇਜ ਹੈਗੀ ਆ ਮੈਂ ਬਹੁਤ ਚੀਜ਼ਾਂ ਸੁਣਦਾ ਮੈਂ ਬਹੁਤ ਚੀਜ਼ਾਂ ਦੇਖਦਾ ਸਾਰਾ ਦਿਨ ਅਸੀਂ ਔਨਲਾਈਨ ਯੂਟਿਊਬ 'ਤੇ ਬੈਠੇ ਹੁੰਦੇ ਹਾਂ ਕੋਈ ਨਾ ਕੋਈ ਸਪੀਚਾਂ ਸੁਣ ਲਿਆ ਕਦੇ ਕੁਛ ਸੁਣ ਲਿਆ ਹੈ ਨਾ ਇਸੇ ਕਰਕੇ ਆ ਮੇਰੇ ਟੈਟੂ ਆ ਮੇਰੀ ਬਾਂਹ 'ਤੇ ਠੀਕ ਆ ਪੰਜਾਬ ਦਾ ਤੁਸੀਂ ਸ਼ਾਇਦ ਜੇ ਦੇਖਦਾ ਹੋਵੇ ਜਾਂ ਦੇਖੋ ਹੈ ਨਾ ਮੇਰੇ ਟੈਟੂ ਆ ਬਾਂਹ 'ਤੇ ਪੰਜਾਬ ਦਾ ਇਹ ਟੈਟੂ ਵੀ ਮੈਂ ਕੁਛ ਸੋਚ ਕੇ ਹੀ ਬਣਾਇਆ ਸੀਗਾ ਪੰਜਾਬ ਦਿਲ 'ਚ ਵੱਸਦਾ ਪੰਜਾਬ ਰੂਹ 'ਚ ਵੱਸਦਾ ਅਤੇ ਜਿਹੜਾ ਸਾਡੇ ਪੰਜਾਬ ਨੂੰ ਜਿਹੜਾ ਉਹ ਖੜਨ ਦੀ ਕੋਸ਼ਿਸ਼ ਕਰੂਗਾ ਉਹ ਕਦੋਂ ਗੱਡੀ ਚੜ੍ਹ ਜੂਗਾ ਜਾਂ ਕਦੋਂ ਇੱਧਰ ਉੱਧਰ ਹੋ ਜੂਗਾ ਉਹਨੂੰ ਖੁਦ ਨੂੰ ਵੀ ਪਤਾ ਨਹੀਂ ਹੈਗਾ ਠੀਕ ਆ ਗੱਲਾਂ ਮਾੜੀਆਂ ਵੀ ਲੱਗ ਸਕਦੀਆਂ ਤੁਹਾਨੂੰ ਚੰਗੀਆਂ ਵੀ ਲੱਗ ਸਕਦੀਆਂ ਨੇ ਤੁਸੀਂ ਮੈਨੂੰ ਖਾਲਿਸਤਾਨੀ ਵੀ ਕਹਿ ਸਕਦੇ ਹੋ ਕੁਛ ਵੀ ਕਹਿ ਸਕਦੇ ਹੋ ਠੀਕ ਆ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਉਸ ਚੀਜ਼ ਦੀ ਠੀਕ ਹੈ ਗੱਲ ਇਹ ਆ ਕਿ ਦੁੱਖ ਹੈ ਗੁੱਸਾ ਵੀ ਹੈ ਅਤੇ ਦੁੱਖ ਜਦੋਂ ਗੁੱਸਾ ਬਣਦਾ ਹੈ ਤਾਂ ਉਹ ਬਹੁਤ ਮਾੜਾ ਹੁੰਦਾ ਕੁਛ ਕਿਉਂਕਿ ਅਸੀਂ ਨਾ ਇਲੀਟ ਕਲਾਸ ਨਹੀਂ ਹੈਗੇ ਸੋਰੀ ਮੈਂ ਇਲੀਟ ਕਲਾਸ ਵਾਲਾ ਬੰਦਾ ਨਹੀਂ ਹੈਗਾ ਮੇਰੇ ਕੋਲ ਕਰੋੜਾਂ ਰੁਪਈਆ ਵੀ ਆਜੂਗਾ ਕੱਲ੍ਹ ਨੂੰ ਠੀਕ ਆ ਮੈਂ ਤਾਂ ਵੀ ਇਲੀਟ ਕਲਾਸ ਵਾਲਾ ਬੰਦਾ ਨਹੀਂ ਹੈਗਾ ਮੈਂ ਕਿਸੇ ਚੀਜ਼ ਨੂੰ ਹੁੰਦੀ ਹੋਈ ਦੇਖ ਕੇ ਸੈਡ ਨਹੀਂ ਹੋ ਸਕਦਾ ਸਿਰਫ ਇਸ ਕਰਕੇ ਮੇਰਾ ਬਿਜ਼ਨਸ ਖਰਾਬ ਹੋਏਗਾ ਜਾਂ ਮੇਰੇ ਪੈਸੇ ਖਰਾਬ ਹੋਣਗੇ ਮੈਂ ਅੱਜ ਵੀ ਇਹ ਸਾਰਾ ਕੁਛ ਬੋਲ ਰਿਹਾ ਮੈਨੂੰ ਕੀ ਹੋਜੂਗਾ ਬਾਅਦ ਤੋਂ ਬਾਅਦ ਚੈਨਲ ਡਾਲ ਦੇਣਗੇ ਮੇਰਾ ਸਭ ਕੁਛ ਕਿਉਂਕਿ ਏਜੰਸੀਆਂ ਮੈਂ ਨਹੀਂ ਮੰਨਦਾ ਹਰ ਬੰਦੇ 'ਤੇ ਉਹਨਾਂ ਨੇ ਕੋਈ ਨਾ ਕੋਈ ਨਿਗ੍ਹਾ ਰੱਖੀ ਹੋਈ ਆ ਠੀਕ ਆ ਕੌਣ ਕੀ ਬੋਲਦਾ ਹੈ ਬੜਾ ਕੁਛ ਹੈ ਅੜਾ ਵੀ ਦੇਣ ਚੈਨਲ ਕੋਈ ਚੱਕਰ ਨਹੀਂ ਉਹ ਸੱਚੇ ਪਾਤਸ਼ਾਹ ਨੇ ਜਿਉਂਦਾ ਰੱਖਿਆ ਜਿਉਂਦੇ ਰਹਾਂਗੇ ਕਰਦੇ ਰਹਾਂਗੇ ਕੰਮ ਕਾਰ ਆਪਣਾ ਠੀਕ ਆ
ਇੱਕ ਚੈਨਲ ਬੰਦ ਕਰ ਦੇਣਗੇ, 10 ਕਰ ਦੇਣਗੇ, ਜੇਕਰ ਮੈਨੂੰ ਯੂਟਿਊਬ ਤੋਂ ਬੈਨ ਤਾਂ ਨਹੀਂ ਕਰਦੇ ਲੱਗੇ, ਚੱਲ ਉਹ ਵੀ ਕਰ ਦੇਣ, ਮਰਦਾ ਨਹੀਂ ਮੈਂ। ਆਪਾਂ ਆਪਣਾ ਕੰਮ ਕਰਦੇ ਰੱਖਣਾ, ਆਪਾਂ ਆਪਣਾ ਕੰਮ ਖਿੱਚ ਕੇ ਰੱਖਣਾ, ਆਪਾਂ ਬੋਲਦੇ ਰਹਿਣਾ, ਠੀਕ ਹੈ। ਸਾਡਾ ਕੰਮ ਆ ਬੋਲਣਾ, ਤੁਹਾਡਾ ਕੰਮ ਹੈ ਅੱਗੇ ਉਹ ਸੁਣਨਾ ਹੈ ਜਾਂ ਅਣਜਾਣ ਕਰ ਦੇਣਾ, ਠੀਕ ਹੈ। ਸਤਿ ਸ਼੍ਰੀ ਅਕਾਲ।